ਮੈਨੂੰ ਗੋਪੀ ਦਾ ਸਵੇਰੇ ਸਵੇਰੇ ਫੋਨ ਆਇਆ, ਕਹਿੰਦਾ ਆ ਜਾ ਬਾਹਰ ਮਨਿੰਦਰ ਬੈਠਾ ਹੁੰਦੀ, ਛੁੱਟੀ ਹੀ ਕਰਾਈਏ। ਚਲੋ ਵਹਿੰਦੇ ਹਾਂ। ਕਹਿ ਰਹੀ ਹੋ ਚੱਲ ਕਰੇ, ਚੱਲ ਕਰੇ, ਕਰੇ ਚੱਲ, ਚੱਲ ਕਰੇ, ਤੇਰਾ ਪੈਂਦੀਆਂ ਵੇਖੀ ਤੇਰੇ। ਸਾਡਾ ਇੱਕ ਬੰਦਾ ਆਇਆ ਡੈਡੀ ਕੋਲ, ਕਹਿੰਦਾ ਮਾਸਟਰ ਨੂੰ ਫੋਨ ਲਾਓ, ਕਹਿੰਦਾ ਮੇਰੀ ਛੁੱਟੀ ਕਰਾਓ ਅੱਜ, ਮੇਰਾ ਜੀ ਨਹੀਂ ਕਰਦਾ ਪਿਆ। ਪਹਿਲਾਂ ਸਤਿ ਸ੍ਰੀ ਅਕਾਲ ਪਾ ਕੇ ਮੈਂ ਕਹਿਣਾ ਇਹਦਾ ਬੀਪੀ ਲੋ ਆ, ਬਾਹਰ ਜਿਹੜਾ ਬੈਠਾ ਹੁੰਦੀ ਕਰਾਈਏ, ਇੱਕ ਦਿਨ ਕਰਾ ਲਈ ਕੁਛ ਨੀ ਹੁੰਦਾ। ਇਹਦੇ ਕੋਈ ਪਿਆਰ ਹੋਇਆ ਨਹੀਂ, ਗੱਡੀ ਆ ਗਈ। ਹਾਂਜੀ ਹਾਂਜੀ, ਸੋ ਕਿਆ ਬਾਤ ਹੈ ਜੀ, ਵੇਖੀ ਯਾਰ ਮਣਕੀ ਕਰਦੀ ਪਈ ਹੈ, ਆਹ ਕਰਦੀ ਪਈ ਹੈ, ਉਹ ਕਿੱਦਾਂ? ਸੋ ਹਰ ਵੀਕ ਬਾਅਦ ਮੈਂ ਆਪਣੀ ਸਕਿਨ ਨੂੰ ਐਨਾਲਿਸਿਸ ਕਰਦੀ ਰਹਿੰਦੀ ਹਾਂ। ਵੈਸੇ ਵੀ ਆਪਾਂ ਸ਼ੀਸ਼ਾ ਚੈੱਕ ਕਰਦੇ ਹੀ ਰਹਿੰਦੇ ਹਾਂ ਕਿ ਆਪਣੇ ਸਕਿਨ 'ਤੇ ਪਿੰਪਲ ਤਾਂ ਨਹੀਂਗੇ, ਪਰ ਆਪਾਂ ਨੂੰ ਇੰਨਾ ਪਤਾ ਨਹੀਂ ਲੱਗਦਾ ਜਿੰਨਾ ਆਪਾਂ ਨੂੰ ਸਕਿਨ ਨੂੰ ਐਨਾਲਿਸਿਸ ਕਰਾ ਕੇ ਪਤਾ ਲੱਗਦਾ। ਐਂਡ ਇਹ ਸਿਰਫ ਕਿਓਰ ਸਕਿਨ ਐਪ ਦੇ ਵਿੱਚ ਹੀ ਪੋਸੀਬਲ ਹੈ। ਈਵਨ ਆਪਾਂ ਨੂੰ ਡੀਪਲੀ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਆਪਣੇ ਨਵੇਂ ਮਾਰਕ ਆਏ ਆ ਅਤੇ ਕਿੱਥੇ ਆਪਣੇ ਪੁਰਾਣੇ ਮਾਰਕ ਜੋ ਖਤਮ ਹੋ ਗਏ। ਸਭ ਤੋਂ ਵਧੀਆ ਮੈਨੂੰ ਗੱਲ ਇਹ ਲੱਗਦੀ ਹੈ ਕਿ ਆਪਾਂ ਨੂੰ ਇੱਕ ਪਰਸਨਲ ਡਾਕਟਰ ਮਿਲ ਜਾਂਦਾ ਹੈ, ਜਿਵੇਂ ਕਿ ਆਪਾਂ ਬਾਹਰ ਡਾਕਟਰ ਨੂੰ ਚੈੱਕਅਪ ਕਰਾਉਣ ਜਾ ਰਹੇ ਹਾਂ, ਆਪਾਂ ਨੂੰ ਲਗਾਤਾਰ ਵੇਟ ਕਰਨੀ ਪੈਂਦੀ ਹੈ ਕਿ ਕਦੋਂ ਆਪਣੀ ਵਾਰੀ ਆਊਗੀ। ਕਿਓਰ ਸਕਿਨ ਐਪ ਦੇ ਵਿੱਚ ਇੱਦਾਂ ਦਾ ਕੁਝ ਵੀ ਨਹੀਂ ਆ, ਤੁਸੀਂ ਬਸ ਡਾਇਰੈਕਟ ਕਿਓਰ ਸਕਿਨ ਐਪ ਨੂੰ ਖੋਲ੍ਹਣਾ ਅਤੇ ਜੋ ਤੁਹਾਨੂੰ ਪਰਸਨਲ ਡਾਕਟਰ ਕਿਓਰ ਸਕਿਨ ਐਪ ਵੱਲੋਂ ਮਿਲੇ ਆ, ਉਹ ਆਲਵੇਜ਼ ਤੁਹਾਡੇ ਲਈ ਬੈਠੇ ਆ, ਕੋਈ ਐਕਸਟਰਾ ਚਾਰਜਿਸ ਨਹੀਂ ਹੈ, ਐਂਡ ਉਹ ਤੁਹਾਡੀ ਸਕਿਨ ਉੱਪਰ ਹੀ ਕੰਮ ਕਰਦੇ। ਸਭ ਤੋਂ ਪਹਿਲਾਂ ਉਹ ਤੁਹਾਡੀ ਸਕਿਨ ਨੂੰ ਐਨਾਲਿਸਿਸ ਕਰਨਗੇ, ਐਂਡ ਐਨਾਲਿਸਿਸ ਕਰਨ ਤੋਂ ਬਾਅਦ ਉਹ ਦੇਖਣਗੇ ਕਿ ਤੁਹਾਡੀ ਸਕਿਨ 'ਤੇ ਕੀ ਪ੍ਰੋਬਲਮ ਹੈ। ਜਦੋਂ ਮੈਂ ਸਟਾਰਟਿੰਗ ਦੇ ਵਿੱਚ ਕਿਓਰ ਸਕਿਨ ਐਪ ਨੂੰ ਜੁਆਇਨ ਕੀਤਾ ਸੀ, ਮੈਨੂੰ ਹਫ਼ਤਾ 10 ਦਿਨ ਕੋਈ ਵੀ ਰਿਜ਼ਲਟ ਨਹੀਂ ਸੀ ਮਿਲਿਆ, ਪਰ 3-4 ਹਫ਼ਤਿਆਂ ਬਾਅਦ ਮੇਰੀ ਸਕਿਨ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਅਤੇ ਮੇਰੀ ਸਕਿਨ ਇੱਕਦਮ ਸਾਫ਼ ਹੋ। ਨੋ ਡਾਊਟ ਇਹਦੇ ਜਿਹੜੇ ਰਿਜ਼ਲਟ ਆ 3-4 ਵੀਕਸ ਤੋਂ ਬਾਅਦ ਮਿਲਦੇ ਆ, ਪਰ ਇਹਦੇ ਜਿਹੜੇ ਰਿਜ਼ਲਟ ਆ ਉਹ ਲਾਈਫ ਟਾਈਮ ਤੁਹਾਡੇ ਨਾਲ ਹੀ ਰਹਿੰਦੇ। ਇਹਦਾ ਤਾਂ ਮਾਰਕੀਟ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਡਕਟ ਹੈਗੇ ਆ ਜਿਹੜੇ ਕਿ ਆਪਾਂ ਨੂੰ ਇੰਸਟੈਂਟ ਰਿਜ਼ਲਟ ਦਿੰਦੇ ਆ, ਪਰ ਜਦੋਂ ਆਪਾਂ ਪ੍ਰੋਡਕਟ ਯੂਜ਼ ਕਰਨਾ ਛੱਡ ਦਿੰਦੇ ਹਾਂ ਤਾਂ ਆਪਣੀ ਸਕਿਨ ਕਈ ਵਾਰੀ ਦੁੱਗਣੀ ਤਿੱਗਣੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ। ਪਰ ਕਿਓਰ ਸਕਿਨ ਐਪ ਦੇ ਵਿੱਚ ਇਹਨਾਂ ਦਾ ਕੁਝ ਵੀ ਨਹੀਂ ਆ, ਦਿਨੋਂ ਦਿਨ ਆਪਣੀ ਸਕਿਨ ਸਾਫ਼ ਹੁੰਦੀ ਆ ਅਤੇ ਖਰਾਬ ਹੋਣ ਦੇ ਚਾਂਸ ਬਿਲਕੁਲ ਨਹੀਂ ਆ, ਕਿਉਂਕਿ ਜਿਹੜੀ ਇੱਥੇ ਕਸਟਮਾਈਜ਼ ਕਿੱਟ ਪਾਉਂਦੀਆਂ, ਜਿਹੜੇ ਇੱਥੇ ਡਰਮਾਟੋਲੋਜਿਸਟ ਹੈਗੇ ਆ, ਤੁਹਾਡੀ ਸਕਿਨ ਦੇ ਅਕੋਰਡਿੰਗ ਹੀ ਕੰਮ ਕਰਦੇ ਆ। ਸਭ ਤੋਂ ਵਧੀਆ ਗੱਲ ਇਹ ਆ ਕਿ ਆਪਾਂ ਨੂੰ ਡਾਇਟ ਪਲਾਨ ਦੱਸਦੇ ਆ ਜੋ ਕਿ ਬਿਲਕੁਲ ਫ੍ਰੀ ਆਫ ਕੋਸਟ ਹੈ, ਐਂਡ ਉਹ ਆਪਾਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ। ਤੁਸੀਂ ਬਸ ਇੱਕ ਆਪਣੀ ਕਸਟਮਾਈਜ਼ ਕਿੱਟ ਬਣਵਾਉਣੀ ਆ, ਐਂਡ ਬਾਕੀ ਸਭ ਕੁਝ ਹੀ ਫ੍ਰੀ ਆਫ ਕੋਸਟ ਆ। ਤੁਸੀਂ ਮੰਥਲੀ ਵੀਕਲੀ ਚੈੱਕਅਪ ਕਰਾ ਸਕਦੇ ਹੋ, ਉਹ ਵੀ ਬਿਲਕੁਲ ਫ੍ਰੀ ਆ, ਅਤੇ ਤੁਸੀਂ ਜਦੋਂ ਮਰਜ਼ੀ ਸਕਿਨ ਨੂੰ ਐਨਾਲਿਸਿਸ ਕਰਾ ਸਕਦੇ ਹੋ। ਤੁਹਾਨੂੰ ਕਦੀ ਵੀ ਕੋਈ ਵੀ ਸਕਿਨ ਰਿਲੇਟਡ ਪ੍ਰੋਬਲਮ ਆਉਂਦੀ ਹੈ, ਤੁਸੀਂ ਜਦੋਂ ਮਰਜ਼ੀ ਡਾਕਟਰ ਤੋਂ ਕੰਸਲਟ ਕਰਾ ਸਕਦੇ ਹੋ ਫੋਨ ਦੇ ਥਰੂ ਜਾਂ ਮੈਸੇਜ ਦੇ ਥਰੂ, ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਆ, ਅਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਇੱਦਾਂ ਦੀ ਕੋਈ ਵੀ ਓਪਰਚੁਨਿਟੀ ਮਿਸ ਕਰਨੀ ਚਾਹੀਦੀ ਹੈ। ਕਿਓਰ ਸਕਿਨ ਐਪ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੈ, ਅਤੇ ਤੁਸੀਂ ਲਿੰਕ ਨੂੰ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ, ਨਹੀਂ ਤਾਂ ਆਪਾਂ ਕਮੈਂਟ ਦੇ ਵਿੱਚ ਵੀ ਪਿੰਨ ਕਰ ਦਿਆਂਗੇ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਅਗਰ ਤੁਸੀਂ ਸਾਡਾ ਰੈਫਰਲ ਕੋਡ ਯੂਜ਼ ਕਰਦੇ ਹੋ ਅਨਮੋਲ 100, ਤਾਂ ਤੁਹਾਨੂੰ 100 rupees ਦਾ ਡਿਸਕਾਊਂਟ ਮਿਲ ਜਾਏਗਾ, ਪਰ ਇਹ ਸਿਰਫ 100 ਸਬਸਕ੍ਰਾਈਬਰ ਦੇ ਲਈ ਹੀ ਵੈਲਿਡ। ਅਤੇ ਜਲਦੀ ਜਲਦੀ ਜਾਓ ਕਿਓਰ ਸਕਿਨ ਐਪ ਨੂੰ ਡਾਊਨਲੋਡ ਕਰੋ ਅਤੇ ਆਪਣੀ ਕਸਟਮਾਈਜ਼ ਕਿੱਟ ਬਣਵਾਓ ਅਤੇ ਆਪਣੀ ਸਕਿਨ ਦੀ ਜਰਨੀ ਸਟਾਰਟ ਕਰੋ। ਆਹ ਬੰਦਾ ਹੀ ਜਿਹਨੇ ਫੋਨ ਲਵਾਇਆ, ਇੱਕ ਬੰਦਾ ਸਾਡਾ ਰਹਿੰਦਾ ਰਹਿੰਦਾ ਚੱਲ ਗਿਆ ਨਾ। ਹਾਂ ਜੀ ਕਰਦਾ, ਚਲੋ ਜੀ ਬੈਗ ਬੁੱਕ ਸਾਰਾ ਕੁਛ ਡਨ ਆ। ਚਲੋ ਮੰਮੀ ਤੁਸਾਂ ਨੇ ਲੇਟ ਕਰਾਉਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਵਿੱਚ। ਉਮੀਦ ਕਰਦੇ ਸਾਰਿਆਂ ਨੇ ਘੈਂਟ ਹੋ ਗਏ, ਆਪਾਂ ਘੈਂਟ ਘੈਂਟ ਆ। ਗੋਪੀ ਕਹਿੰਦੇ ਮੇਰੇ ਵੀਰੋ
ਪਹਿਲਾਂ ਟੀਨਾ ਨਹੀਂ ਤੇ ਜਦੋਂ ਲਾਈਟ ਆਫ ਸੀ ਪਰੇ ਗੁੱਠੇ 'ਚ ਵੜੀ ਜਾਂਦਾ ਸੀ ਤੇ ਜਦੋਂ ਲਾਈਟ ਆਨ ਹੋ ਗਈ ਤੇ ਉਦੋਂ ਸ਼ੀਸ਼ੇ ਦੇ ਸਾਹਮਣੇ ਆਉਣ ਲੱਗ ਪਿਆ। ਵਾਹ ਤੇ ਚਲੋ ਚੱਲਦੇ ਸੀ ਆਪਾਂ ਦਿੱਲੀ ਨੂੰ, ਸਾਰੇ ਰੈਡੀ ਆ ਤੇ ਆਏ ਬੈਠੇ ਚਾਚੇ ਚੁੱਚੇ ਨੀ। ਚਲੋ ਰੇੜੋ ਕੌਣ ਪੈ ਗਈ ਆਉਣ ਪੈ ਗਈ ਨਹੀਂ ਦੱਸੋ ਕੌਣ ਆਇਆ ਬਾਹਰ। ਅੱਛਾ ਜੀ ਇੱਕ ਆਹ ਅਲਾਰਮ 9 ਵਜੇ ਆਉਂਦੇ ਆ। ਚਲੋ ਆ ਜਾਓ ਬੈਠੋ ਵੀਰ ਜੀ। ਕਰ ਹੈਰਾ ਦਾ ਬੀਪੀ ਵੇਖੀਏ ਤੇਰਾ, ਇੱਥੇ ਰੱਖ ਨਹੀਂ ਲੋੜ ਹੀ ਨਹੀਂ ਟਾਈਮ ਬੜਾ ਲੱਗਣਾ ਜੇ ਨਾੜਾਂ ਦੀ ਸਪਲਾਈ ਜ਼ਿਆਦਾ ਹੈ। ਨਾੜਾਂ ਤੇਰੀਆਂ ਉੱਤੇ ਤੈਰਦੀਆਂ ਫਿਰਦੀਆਂ ਨੇ ਦੱਸ ਦੇ। ਹਜੇ ਨਹੀਂ ਦੱਸਣਾ, ਹਜੇ 5 ਮਿੰਟ ਆਉਣੇ ਆ। BPM ਬਲੱਡ ਪ੍ਰੈਸ਼ਰ ਤੇ M ਦਾ ਕੀ ਮਤਲਬ ਪੁੱਛਿਆ ਹੈ? ਆਵੇ ਲਿਖਿਆ ਹੋਇਆ ਰਵਿੰਦਰ ਅੱਧਾ ਘੰਟਾ ਲਾਤਾ ਸੀ ਆ ਗਿਆ 70 70 28 ਭਰਾਵਾ ਅੱਗੇ 84 ਸੀ ਗਾ 70 ਹੋ ਗਿਆ। ਨਹੀਂ ਨਹੀਂ ਬਸ ਥੈਂਕ ਯੂ ਮਹਾਂ ਵਿਖਾਦ ਕੇ ਸੇਵਾ ਚੱਲ ਰਹੀ ਹੈ। ਗੋਪੀ ਬਾਈ ਕਿਲੋ ਆ ਮਗਰ ਰੱਖਿਆ ਜਾਊਗਾ ਕਿ ਅੱਗੇ ਰੱਖਣ ਦੀ ਮੈਂ ਰੋਈ ਦਾ ਹੁੰਦਾ ਮੈਂ ਨੀ ਅੱਗੇ ਆਉਣਾ
ਜਾ ਮੰਮੀ ਆਈਫੋਨ ਲੈ ਕੇ ਆਈ ਮੁੜਦੀ ਇੱਥੇ ਕੀ ਇੱਕ ਫੋਟੋ ਹੋ ਜੇ ਟੇਡਾ ਕਰਕੇ ਖਿੱਚਦੇ ਐ ਕਿੰਨਿਆਂ ਕੋਲ ਪੂਰਾ ਕਰਾਂਗਾ ਕੰਧ ਨਾ ਜਾ ਕੇ ਲੱਗ ਜਾ ਬਾਹਰੋਂ ਉੱਠੋ ਪਾਣੀ ਦੀ ਬੋਤਲ ਲੈ ਦੀ ਏਅਰਪੋਰਟ ਡੁੱਬੇ ਤਾਂ ਬੈਠੋਗੇ ਨਾ ਜਿੱਥੇ ਪਾਣੀ ਦੀ ਬੋਤਲ ਅੰਦਰ ਜਿਹੜੀ ਪੀਣੀ ਸਕੈਨਿੰਗ ਤੇ ਸਟਾ ਦਿੰਦੇ ਹੁੰਦੇ ਆ ਚਲੋ ਬਾਕੀ ਤਾਂ ਹੁਣੇ ਨੀ ਆ ਜਾਣਾ ਨਾ 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 ਚੱਲ ਤੂੰ ਕਿਹੜਾ ਸਟੱਡੀ ਬੇਸ ਤੇ ਚੱਲਣੀ ਆ ਜਾਗਾ ਇੰਨਾ ਕੁ ਤਾਂ ਘੁੰਮਣ ਤੇ ਲਾ ਆਈਦਾ ਵਾ ਹਾਂ ਚਲੋ ਜੀ ਚਲੋ ਜੀ ਪਿੱਛੋਂ ਤੁਰਿਆ ਆਉਂਦੇ ਬਹਿ ਜਾਣਾ ਬਹਿ ਜਾਣਾ ਚਾਹ ਗੋਪੀ ਬਹਿ ਵਿਚਕਾਰ ਬਹਿ ਜਾਣਾ ਤਾਈ ਨੇ ਠੀਕ ਹੈ ਜੀ ਮੈਂ ਵਾਰਡ ਬੂਟ ਰੱਖਿਓ ਜੇ ਲਾਗੇ ਨਿਆਣੀ ਚੱਲ ਖੱਲੀ ਘਰੇ ਚੰਗੀ ਦੂਜਾ ਹੀ ਕੱਲਾ ਕੁੰਡਾ ਲੱਗਾ ਉਹ ਖੋਲ ਲਿਓ ਖੋਲ ਲਈ
ਗੋਪੀ ਪਰੇ ਹੋ ਮਾੜਾ ਜਿਹਾ ਯਾਰ, ਖੁੱਲ੍ਹਾ ਤਾਂ ਬਹੀਏ ਉਹਨੇ ਚੜ੍ਹਨ। ਹਾਂਜੀ ਵੀਰ ਜੀ, ਠੀਕ ਆ ਗੱਲਬਾਤ। ਬਾਰੀ ਬੜੀ ਲੰਮੀ ਆ ਨਾਨੀ। ਪੈਰੀ ਪੈ ਨਾਨੀ, ਵੇਖਣਾ ਹੀ ਪਿੱਛੇ ਤੈਨੂੰ ਹੁਣ ਆਊਗੀ ਮੋੜ ਤੇ। ਇਹ ਆਓ ਕੁਰਸੀ ਤੇ ਬਹਿ ਗਈ ਹੁਣ, ਉਹਨਾਂ ਜਿੰਨਾ ਚਿਰ ਗੱਡੀ ਨਾ ਮੁੜੀ, ਜਿੰਨਾ ਚਿਰ ਗੱਡੀ ਨਾ ਮੁੜੀ ਉਹਨਾਂ ਚਿਰ ਇਹਦੇ ਘਰੇ ਨਹੀਂ ਜਾਣਾ। ਕਹਿੰਦੇ ਮੇਰੇ ਭਾ ਪਹਿਲਾ ਸਟੇ ਖਾ ਪੀ ਲਿਆ, ਕਿੱਧਰ ਚੱਲ ਗਿਆ ਇਹ ਹੁਣ, ਕੁਰਕਰੇ ਖਾਣੇ, ਲੇਸ ਖਾਣੇ, ਲੋਟੀਆਂ ਖਾਧੀਆਂ ਜੀ। ਤੇ ਚਲੋ ਸੀ ਐਨ ਤੇ ਜੀ ਇਹਨਾਂ ਨਹੀਂ ਮੰਨਣਾ, ਭਰਾਵਾ ਗਿਆ ਨੀ ਸੀ ਤੇ ਕੀ ਪੈਂਦਾ, ਹੋਰ ਸੀ ਤੇ ਮੌਂਕੀ ਪੈਂਦਾ ਭਰਾਵਾ, ਮੇਰਾ ਸ਼ਰਤ। ਹੁਣ ਗੋਪੀ ਸੁਣਾ, ਮੈਂ ਕਿਹਾ ਹੈ ਨਾ ਕੈਟ ਨੈਚੁਰਲ ਗੈਸ, ਉਹ ਕੰਪਰੈਸ ਨੈਚੁਰਲ ਗੈਸ, ਕੈਟ ਕੈਟ ਹੈ ਕੰਪਰੈਸਡ, ਤੇ ਜੇ ਨਾ ਆ ਜਾ ਭਰਾਵਾ, ਜਿਹੜਾ ਮੈਂ ਕਿਹਾ ਸੀ ਉਹੀ ਆ, ਆ ਜਾ ਭਰਾਵਾ। ਇਹ ਗਲਤ ਦੱਸਦਾ, ਮੈਂ ਗਲਤ ਦੱਸਦਾ, ਗੂਗਲ ਵੀ ਗਲਤ ਦੱਸਦਾ, ਤੂੰ ਮੈਨੂੰ ਸੀ ਦੀ ਫੁੱਲ ਫਾਰਮ ਪੁੱਛੀ। ਹਾਂ ਤੇ ਮੈਂ ਤੈਨੂੰ ਕੰਪਰੈਸਡ ਨੈਚੁਰਲ ਗੈਸ ਨਹੀਂ ਕਿਹਾ ਸੀ। ਲੱਕ ਪੀੜ ਹੁਣ ਲੱਗ ਗਏ ਹੁਣ, ਇਹ ਦੂਸਰੇ ਰੋ ਕਰਦੇ ਨੇ, ਪਿੱਛੇ ਕਿਹੜਾ ਕਿਨੇ ਬਹਿਣਾ। ਚਲੋ ਜੀ ਹੋ ਜਾਏਗੀ ਜੀ ਤੁਹਾਡੀ, ਹੋ ਜਾਏਗੀ ਤੁਹਾਡੀ, ਹੁਣ ਤੁਹਾਨੂੰ ਥੋੜ੍ਹੀ ਰਹਿ ਚੱਲੀ, ਸਾਡੀ ਹੋ ਜਾਏਗੀ ਪਹਿਲਾਂ ਸਾਡੀ, ਵੇਖੋ ਨਹੀਂ ਨਹੀਂ ਬੰਦਾ ਆਪਣਾ ਇੱਕ ਘੜ ਗਿਆ ਮੌਕੇ ਦੇ ਜਵਾਬ ਦੇ ਗਿਆ। ਇਹ ਪਿੱਛੇ ਰੱਖ ਗੋਪੀ, ਕਰਾ ਦੇ ਮਾਤੜਾ ਮੋਏਗੇ ਕਹਿੰਦੇ ਮੁੰਡੇ। ਚੱਲ ਚਿਕਨ ਸ਼ੈਸ਼ਲ ਚੁੰਮਚ, ਪਤਾ ਨੀ ਕੀ ਕੁਛ, ਜਿਵੇਂ ਆਪਾਂ ਟੂਰ ਤੇ ਚੱਲੇ ਹੁੰਦੇ ਨਹੀਂ, ਉਹ ਸਵਾਦ ਹੁੰਦੇ ਆ। ਆਪਣਾ ਵੀ ਹੈ ਕੋਲ ਗੋਪੀ, ਮੂੰਹ ਤੇਰਾ ਚਪੇੜਾ ਖਾਣ ਵਾਲਾ, ਸਾਰਾ ਕੁ ਕੱਢੇ ਪਿਆ ਤੇ ਠੈਬੀ ਵਾਂਗੂ ਬੈਟਰੀ ਤੇ ਗੱਡੀ ਪਈ। ਮੈਂ ਕਹਿਤਾ ਪੁੱਠੇ ਪਾਸੇ ਪਾਸੇ ਨੀ ਆਵੇ ਮਾਂ ਮੇਰ ਕੇ, ਮੈਂ ਕਿਹੜਾ ਬਹਿਣ ਲੱਗਾ ਉੱਤੇ ਚੜ ਕੇ, ਕੀ ਬੈਟਰੀ ਪਈ ਰਹੇਗੀ ਗੋਪੀ ਆਵੇ।
ਪਿੱਛੇ ਮੈਂ ਗੋਪੀ ਓਏ ਮੈਂ ਲੋਕੀ ਹੋਰ ਡਰਾ ਦਿੰਦੇ ਕਿ ਫਲਾਈਟਾਂ ਕੈਂਸਲ ਆਈਏ ਉਹ ਫਲਾਨਾ ਢੀਂਗਾ ਉਹ ਗੱਡੀ ਵਾਲੇ ਦੀ ਗੱਲ ਕਰਦਾ ਵੀਰ ਦੀ ਹੋਰ ਹੀ ਜਦੋਂ ਅਸੀਂ ਜਾਣਾ ਹੋਵੇ ਪਹਿਲਾਂ ਗੋਪੀ ਇੱਕ ਚੀਜ਼ ਨੋਟ ਕੀਤੀ ਹੋ ਆਪਣੇ ਪੰਜਾਬ 'ਚ ਹੀ ਆ ਇਕੱਲੇ ਕਾਲੇ ਸ਼ੀਸ਼ਿਆਂ ਤੋਂ ਰੋਕਦੇ ਇੱਥੇ ਵੇਲਾ ਜਣੇ ਖਣੇ ਦੀ ਗੱਡੀ ਕਾਲੀ ਜਿੰਨੀ ਮਰਜ਼ੀ ਚਲਾ ਨਹੀਂ ਕੈਂਸਲ ਨਹੀਂ ਅਸੀਂ ਵੇਖ ਲਈਏ ਔਨਲਾਈਨ ਨਹੀਂ ਨਹੀਂ ਸਹੀ ਹੈ ਸਹੀ ਹੈ ਅਤੇ ਬਾਕੀ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਦਿੱਲੀ ਵਾਲੇ ਜਾਣ ਕੇ ਕਰਦੇ ਬੜੇ ਜਾਣਿਆਂ ਨੂੰ ਖੱਜਲ ਖਰਾਬ ਕਰਨ ਡਏ ਯਾਰ ਅਤੇ ਆਖਦੇ ਨੇ ਮੌਸਮ ਖਰਾਬ ਸਾਡੇ ਵੱਲ ਤਾਂ ਕਦੀ ਬੱਦਲ ਆਇਆ ਨਹੀਂ ਗਾ ਠੀਕ ਹੈ ਯਾਰ ਇੰਨਾ ਨਹੀਂ ਜ਼ਿਆਦਾ ਲੱਗ ਜਾਓ ਪਤਾ ਐ ਨਹੀਂ ਰੱਸੀਆਂ ਸਾ ਨਹੀਂ ਚੜ੍ਹਨਾ ਨਹੀਂ ਟੁੱਟਦੀਆਂ ਤੇਰਾ ਕਿਤੇ ਕਿੰਨਾ ਕੁ ਵਜਨ ਕਿਹੜਾ ਮਾਸ ਹੈਗਾ ਚੱਲ ਉਹ ਕੁਛ ਨਹੀਂ ਹੁੰਦਾ ਉੱਤੇ ਜਾ ਕੇ ਥੱਲੇ ਛਾਲ ਮਾਰ ਉਧਰੋਂ ਬੁੜਕ ਕੇ ਫਿਰ ਤਾਂ ਜਾਏਗਾ ਉਹ ਵੇਖਿਆ ਹੈਗਾ ਉੱਤੇ ਕੁਛ ਨਹੀਂ ਹੁੰਦਾ ਐਵੇਂ ਬਸ ਪਹੁੰਚ ਗਏ ਹਾਂ ਟਾਈਮ ਪਾਸ ਜਿਹਾ ਕਰਨ ਡਏ ਹਾਂ ਤਾਂ 5:30 ਹੋਏ ਆ 11 ਵਜੇ ਫਲਾਈਟ ਹੈ ਕੋਈ 7 ਵਜੇ ਐਂਟਰ ਕਰਾਵਾਂਗੇ ਹੁਣ ਨਾ ਮੈਨੂੰ ਲੱਗਦਾ ਹਜੇ ਵੀ ਸਾਡੇ ਬੈਗਾਂ ਦੇ ਵਿੱਚ ਕਿਲੋ ਕੁ ਵੇਟ ਜ਼ਿਆਦਾ ਅਤੇ ਹਜੇ ਇੰਨਾ ਸਮਾਨ ਮਤਲਬ ਕਿ ਖਾਣ ਪੀਣ ਵਾਲਾ ਅੱਧ ਤੋਂ ਜ਼ਿਆਦਾ ਸਮਾਨ ਕੱਢ ਹੀ ਦਿੱਤਾ ਅਤੇ ਅੱਧ ਤੋਂ ਜ਼ਿਆਦਾ ਸਮਾਨ ਮੈਨੂੰ ਲੱਗਦਾ ਕੱਢ ਹੀ ਦਿੱਤਾ ਖਾਣ ਪੀਣ ਵਾਲਾ ਚਲੋ ਬਾਕੀ ਕੋਈ ਨਹੀਂ ਸਹੀ ਗੱਲ ਹੈ ਤੂੰ ਕਹਿ ਮਿਲਣ ਚੱਲੀ ਮੈਂ ਸਾਰਿਆਂ ਨੂੰ ਕੋਮਲ ਵਿਹਲਾ ਹੀ ਹੈ ਮੰਮੀ ਚਲੋ ਚੱਲ ਚੱਲ ਉੱਤਰ ਉੱਤਰ ਮਿੰਟ ਮਾਰ ਤੂੰ ਤਾਂ ਕਹਿ ਗਿਆ ਨੇ ਜੇ ਮੰਮੀ ਨੂੰ ਮਗਰ ਲਾਉਣ ਆਇਆ ਹੁੰਦਾ ਉਹ ਜਾਈ ਡਾਉਣਾ ਉਹ ਜਾਣ ਦੇ ਪਾਈ ਲੈ ਉਹ ਵੀ ਜਾਣ ਦੇ ਮੈਂ ਇੱਥੇ ਅੰਦਰ ਹੋ ਜਾਣਾ ਡਾਉਣਾ ਤੇ ਮੈਂ ਨਹੀਂ ਉੱਥੇ ਨਾ ਕੋਈ ਮੈਂ ਹਾਂ ਸ਼ਕਤਕਾਰ ਦੂੰਗਾ ਤੇ ਉੱਤਰਾ ਤੇ ਚਾਰ ਦਾ ਜੱਟ ਦੀ ਔਰ ਮੇਰੇ ਦਿਲ ਦੀ ਧੜਕਣ ਕੀ ਕੀ ਕੁਛ ਨਹੀਂ ਕੁਛ ਨਹੀਂ ਮੇਰੇ ਯਾਤਰਾ ਕਿ ਫਿਰ ਉੱਤੇ ਜਾਓਗੇ ਹੁਣ ਗੱਡੀ ਕਿੱਥੇ ਪੁਆਇੰਟ ਆ ਜੇ ਤੇ ਪਾਰਕਿੰਗ ਤੇ ਲਾਉ ਤੇ ਤੁਸੀਂ ਜਦੋਂ ਮੰਨ ਲਓ ਇਹਨਾਂ ਦਾ ਫੋਨ ਆ ਗਿਆ ਚਲੋ ਜੀ ਪਹੁੰਚ ਗਏ ਆ ਰੈਡੀ ਕਿੱਥੇ ਬਾ ਟਾਈਮ ਹੀ ਐ ਪੂਰਾ ਪੂਰਾ ਹੋ ਗਿਆ ਰੈਡੀ ਕਿੱਥੇ ਸਮਝ ਲਓ ਫੜ ਗੋਪੀ ਬੈਕ ਓਏ ਆ ਉਧਰ ਕਰ ਲੈ ਇੱਕ ਵਾਰੀ ਸਾਈਡ ਤੇ ਬਸ ਥੱਲੇ ਆ ਉਹ ਤੇ ਰੱਖ ਲੈ ਗੋਪੀਆ ਫੜ ਪਿੱਛੇ ਪਿਆ ਸੀ ਹਾਂਜੀ ਨਹੀਂ ਨਹੀਂ ਬਸ ਮੰਮੀ ਹੋਰ ਤਾਂ ਨਹੀਂ ਨਾ ਕੁਛ ਵੀ ਹੈਗਾ ਨਾ ਨਾ ਹੋਰ ਤਾਂ ਨਹੀਂ ਨਾ ਕੁਛ ਹੈਗਾ ਹਾਂ ਬੋਤਲ ਕਿਤੇ ਆ ਵੇਖਾਂ ਹਾਂਜੀ 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 ਪਤਾ ਮੈਨੂੰ ਹਾਂਜੀ ਹਾਂਜੀ
ਚਲੋ ਚਲੋ ਨਹੀਂ ਨਹੀਂ ਖਿੱਚੀ ਗਈ ਮਿਲਣੀ ਮਿਲਣੀ ਨੀ ਕਰਨੀ ਮਿਲਣੀ ਨੀ ਕਰਨੀ ਚੱਲ ਗੋਪੀ ਗੋਪੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ ਸੁਖੀ ਸ਼ਾਂਤੀ ਪਹੁੰਚੇ ਲੜਨਾ ਤਾਂ ਮੈਂ ਤੇਰੇ ਨਾਲ ਇੱਥੇ ਕੁਛ ਨੀ ਹੁੰਦਾ ਬਸ ਤੂੰ ਪਹੁੰਚ ਜਾ ਉਦਾ ਘੁੰਮਣ ਚੱਲੀ ਤੂੰ ਕਿਹੜਾ ਸਟੱਡੀ ਬੇਸ ਤੇ ਚੱਲਣੀ ਜਿਹੜਾ ਤੈਨੂੰ ਹੋਰ ਜਾ ਹੁੰਦਾ ਜਾ ਕੇ ਜਿਹੜੀ ਸਟੱਡੀ ਕਰਨੀ ਲੈ ਘੁੰਮਣ ਹੀ ਜਾਣਾ ਹੈ ਹੌਸਲਾ ਰੱਖ ਲਓ ਜੀ ਫੋਟੋਆਂ ਤੇ ਫੋਟੋ ਲਓ ਫੋਟੋ ਤੇ ਫੋਟੋ ਖਿੱਚ ਦਾਂਗੇ ਮੈਂ ਦੱਸ ਅੱਗੇ ਰੋਜ਼ ਜਿਹੜੀ ਗਰਮ ਹੁੰਦਾ ਚਲੋ ਜੀ ਬਾਏ ਨਹੀਂ ਨਾਲ ਚੱਲਾ ਆਏ ਬਾ ਕੇ ਆਓ ਡੈਡੀ ਜਹਾਜ਼ 'ਚ ਮੰਮੀ ਮੈਨੂੰ ਲੱਗਦਾ ਡੈਡੀ ਨੇ ਅੰਦਰ ਹੀ ਚੱਲ ਜਾਣਾ ਨਾਲ ਆ ਜਾਓ ਆ ਜਾਓ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਣ ਡਿਆ ਹਲੇ ਬਾਏ ਬਾਏ ਵਾਹਿਗੁਰੂ ਗੋਪੀ ਫੋਨ ਦੇ ਇੱਕ ਮਿੰਟ ਪਲੀਜ਼ ਓਏ ਅੱਪੇ ਓ ਨਾ ਅੱਗੇ ਜ਼ਾਲਾ ਥੋੜੇ ਦੇ ਲੱਗੇ ਇੱਥੋਂ ਬਾਹਾਂ ਤਾਜੇ ਤਾਜੇ ਲੱਗੇ ਦੁਬਨੇ ਬੜੇ ਯਾਰ ਇੱਕ ਮਿੰਟ ਉਤਰਾ ਨਹੀਂ ਨਹੀਂ ਉਤਰਾ ਕਵਰ ਲਾ ਕੇ ਕਵਰ ਲਾ ਕੇ ਕਵਰ ਲਾ ਕੇ ਕਵਰ ਫੀਲਿੰਗ ਆ ਰਹੀ ਹੈ ਕਵਰ ਲਾ ਕੇ ਕਵਰ ਲਾ ਕੇ ਉਹ ਤੇ ਟੇਪ ਓਏ ਤੂੰ ਟੇਪ ਦੀ ਬੇਇੱਜ਼ਤੀ ਕਰੇਗਾ ਟੇਪ ਦੀ ਨਹੀਂ ਬੇਇੱਜ਼ਤੀ ਕਰਦਾ ਮੈਂ ਮਾਡਲ ਦੀ ਬੇਇੱਜ਼ਤੀ ਕਰੂੰਗਾ ਜਾ ਨਹੀਂ ਨਹੀਂ ਯਾਰ ਮੈਨੂੰ ਹਿਸਾਬ ਨਹੀਂ ਆਉਣ ਡਿਆ ਮੁੰਡੇ ਨੇ ਲਾਇਆ ਇਹ ਕਿੰਨਾ ਗੋਪੀ 35,000 ਦਾ ਇਹਨੇ ਲਿਆ ਮੇਰੇ ਸਾਹਮਣੇ 35,000 ਦੇ ਅਰਾਊਂਡ ਚੱਲਦਾ ਹਾਂ 12 ਵੇਚ ਕੇ ਆਹੋ ਤੇ ਮੈਨੂੰ ਲੱਗਦਾ ਮਹੀਨਾ ਕੁ ਵਾਰੰਟੀ ਰਹਿ ਗਈ ਇਹਦੀ ਤੇ ਕੀ ਫਾਇਦਾ ਯਾਰ ਜਿਹੜੇ ਇਹ ਲਵਰ ਹੋਏ ਮੈਨੂੰ ਜ਼ਰੂਰ ਦੱਸੋ ਇਹਦਾ ਫਾਇਦਾ ਕੀ ਇਹ ਤੇ ਆਈਫੋਨ ਦਾ ਵੈ ਯਾਰ ਇਹ ਚਲਾਉਣ ਚ ਸਵਾਲ ਹੁੰਦਾ ਵੈ ਕਿ ਗੋਪੀ ਕਹਿੰਦਾ ਹੁਣ ਪੁੱਛ ਕੇ ਆਉਂਦਾ ਤੇ ਗੇੜਾ ਕਹਿੰਦਾ ਤੈਨੂੰ ਨੌਕਰੀ ਲਵਾ ਦੇਣੇ ਜਿਹੜੇ ਗੇੜੇ ਦਾ ਚਾਹ ਦੇਣ ਜਾ ਭਰਾਵਾ ਤੇਰੇ ਕਰਮਾਂ ਦੇ ਗੋਪੀ ਬਸ ਤੇਰੀ ਸੋਚ ਹੀ ਤੂੰ ਇਹ ਨੀ ਕਿਹਾ ਕਿ ਮੈਨੂੰ ਜਾ ਚਲਾ ਲੈਂਦੇ ਤੂੰ ਇਹ ਸਿੱਧਾ ਇਹ ਕਿਹਾ ਕਿ ਮੈਨੂੰ ਚਲਾ ਲੈ ਵੇ 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 ਗੋਪੀ ਮੇਰਾ ਵੀਰ ਇਹਨਾਂ ਦੀ ਸੋਚ ਹੀ ਬਸ ਉਹ ਗੱਲ ਨਾ
ਮੰਮੀ ਦਾ ਕੰਮ ਤਾਂ ਉੱਠਾ ਕਰਦਾ ਹੈ, ਮੰਮੀ ਬਹਿ ਕੇ ਕੱਢੀ ਆ ਗੇੜੇ ਇਹਦੇ ਤੇ, ਆਪਾਂ ਹੀ ਚਾਰਜਰ ਨਵੀਂ ਲੈ ਕੇ ਚਾਰਜ ਦਸਾਂ 15 ਮਿੰਟਾਂ ਜੀ ਜਾਣ ਅਸੀਂ ਵੀ ਲਾਈਏ ਕੋਈ ਚੱਕਰ ਹੀ ਨਹੀਂ ਚੱਕਰ ਹੀ ਨਹੀਂ ਏਅਰਪੋਰਟ ਦੇ ਅੰਦਰ ਇਹਨਾਂ ਚੱਕਰੇਗਾ ਆਪਾਂ ਨੂੰ ਸਮਝਦਾ ਨਾ ਆਪਣਾ ਓਏ ਉਹਨਾਂ ਤੇਰਾ ਵਜਨ ਨਹੀਂ ਹੋਣਾ ਜਿੰਨਾ ਥਾਲੀ ਦਾ ਵਜਨ ਹੈ ਚੁੱਕ ਕੇ ਵੇ ਆਪਣੀ ਫੜੀ ਕੀ ਹੋਇਆ ਮੰਮੀ ਕਹਿੰਦੀ ਆ ਵੀ ਉਹ ਕਿਵੇਂ ਚੁੱਕੀ ਆ ਓਏ ਖਾਈਏ ਰੋਟੀ ਮੰਮੀ ਦਾ ਪੂਰਾ ਪਰੋਟੀ ਹੋ ਗਈ ਨਾ ਤੈਨੂੰ ਆ ਕੇ ਤਿੰਨ ਚਾਰ ਚੁੱਕ ਆਹਾਂ ਸਵਾਦ ਤਾਂ ਹੀ ਗੋਭੀ ਐਵੇਂ ਨਹੀਂ ਸਵਾਦ ਆਉਣਾ ਲਓ ਜੀ ਆਹ ਸੀ ਆਪਣਾ ਛੋਟਾ ਜਿਹਾ ਵਲੋਗ ਅਤੇ ਉਮੀਦ ਕਰਦੇ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਜਿਹਨੇ ਜਿਹਨੂੰ ਵਧੀਆ ਲੱਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਗੜੀ ਗੜੀ ਹੋਰ ਵੀ ਵਲੋਗ ਆਉਣਗੇ ਅਤੇ ਉੱਦਣ ਰਾਹ ਆਉਂਦਿਆਂ ਤਾਂ ਬੌਂਦਲ ਗਏ ਸੀ ਯਾਰ ਅਸੀਂ ਜਮ੍ਹਾਂ ਇੱਕ ਨਾ ਮੈਂ ਠੀਕ ਜਾਣੀ ਤਾਂ ਵੀ ਆਉਂਦਿਆਂ ਵਲੋਗ ਵਲਾਗ ਬਣਿਆ ਅਤੇ ਚਲੋ ਮਿਲਦੇ ਹਾਂ ਆਪਾਂ ਨੈਕਸਟ ਵਲੋਗ ਵਿੱਚ ਉਤਨਾ ਉੱਦਣ ਅਸੀਂ 7 ਕੁ ਮਤਲਬ ਕਿ ਮੰਮੀ ਨੂੰ ਐਂਟਰੀ ਕਰਾਤੀ ਸੀ 8 ਕੁ ਵਜੇ ਅਤੇ 15-20 ਮਿੰਟਾਂ 'ਚ ਸਭ ਕੁਛ ਡਨ ਹੋ ਗਏ ਮਤਲਬ ਕਿ ਅੱਧਾ ਘੰਟਾ ਮੰਨ ਲਓ ਤੁਸੀਂ ਅੱਧਾ ਘੰਟਾ ਮੰਮੀ ਨੂੰ ਮਸਾਂ ਲੱਗਾ ਸਭ ਕੁਛ ਡਨ ਹੋ ਗਿਆ ਸੀ ਹੁਣ ਤੁਸੀਂ ਪੁੱਛਣਾ ਹੋ ਕਿਵੇਂ ਬਿਜਨਸ ਕਲਾਸ ਕਰਾਈ ਸੀ ਤਾਂ ਕਰਕੇ ਅਤੇ ਚਲੋ ਮਿਲਦੇ ਆਪਾਂ ਨੈਕਸਟ ਵਲੋਗ ਵਿੱਚ ਕੱਲ੍ਹ ਨੂੰ ਹੈਪੀ ਦੇ ਚੈਨਲ 'ਤੇ ਆਜੂਗਾ ਉਤਰਨਾ ਵਲੋਗ ਅਤੇ ਏਅਰਪੋਰਟ ਵਾਲਾ ਜਦੋਂ ਮੰਮੀ ਨੇ ਲੈਣ ਹੋਣਾ ਜਿਹਨਾਂ ਜਿਹਨਾਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਕਰ ਲਿਓ ਓਕੇ ਬਾਏ।